ਸਾਧ ਸੰਗਤ ਜੀਓ, ਜੋ ਗੁਰਮੁਖ ਪਿਆਰੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਰੋਜ਼ਾਨਾ ਕਰਦੇ ਆ ਜਾਂ ਪਾਵਨ ਗੁਰਬਾਣੀ ਸੁਣਦੇ ਆ, ਸਤਿਗੁਰੂ ਜੀ ਐਸੀਆਂ ਬਖਸ਼ਿਸ਼ਾਂ ਰਹਿਮਤਾਂ ਕਰਦੇ ਹਨ, ਉਹਨਾਂ ਘਰਾਂ ਦੇ ਵਿੱਚ ਕਦੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੰਦੇ, ਬਰਕਤਾਂ ਪਾਉਂਦੇ ਨੇ, ਅੰਨ ਧਨ ਦੇ ਭੰਡਾਰੇ ਭਰਪੂਰ ਕਰ ਦਿੰਦੇ ਨੇ। ਜਿਸ ਤਰ੍ਹਾਂ ਇਤਿਹਾਸਿਕ ਸਾਖੀ ਹੁੰਦੀ ਹੈ, ਇੱਕ ਮੁਸਲਮਾਨ ਨੌਜਵਾਨ ਦੀ ਹੱਡ ਬੀਤੀ ਹੈ ਜੋ ਕਿ ਕੰਗਾਲ ਹੋ ਚੁੱਕਾ ਸੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜ ਗਿਆ, ਫਿਰ ਉਹ ਕੰਗਾਲ ਤੋਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਹੋ ਗਿਆ। ਸਾਧ ਸੰਗਤ ਜੀਓ, ਆਓ ਇਤਿਹਾਸਿਕ ਸਾਖੀ ਸਰਵਣ ਕਰੀਏ। ਇੱਕ ਮਹਾਂਪੁਰਖ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। ਰੋਜ਼ਾਨਾ ਹੀ ਗੁਰੂ ਕੀਆਂ ਸੰਗਤਾਂ ਨੂੰ ਅਰਥਾਂ ਸਮੇਤ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਹਾਂਪੁਰਖਾਂ ਨੇ ਸਰਵਣ ਕਰਾਉਣੀ। ਇੱਕ ਦਿਨ ਕੀ ਹੋਇਆ ਹੈ, ਉਹ ਮਹਾਂਪੁਰਖ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦਾ ਭੋਗ ਪਾ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ ਇਹਨਾਂ ਦੇ ਚਰਨਾਂ ਦੇ ਉੱਤੇ ਇੱਕ ਦੁਖੀ ਨੌਜਵਾਨ ਮੁਸਲਮਾਨ ਆ ਡਿੱਗਾ, ਜੋ ਕਿ ਬੜਾ ਹੀ ਪਰੇਸ਼ਾਨ ਅਤੇ ਦੁਖੀ ਲੱਗ ਰਿਹਾ ਸੀ। ਰੋ ਰਿਹਾ ਹੈ, ਬੇਨਤੀ ਕਰਨ ਲੱਗਾ, ਹੇ ਰੱਬ ਵਾਲਿਓ, ਮੈਂ ਪਰਮੇਸ਼ਰ ਦੀਆਂ ਤੁਹਾਡੀ ਰਸਨਾ ਤੋਂ ਜਦੋਂ ਗੱਲਾਂ ਸੁਣੀਆਂ, ਇਹ ਪਾਵਨ ਕਲਾਮ ਸੁਣੀ, ਤਾਂ ਮੈਨੂੰ ਸ਼ਰਧਾ ਉਸ ਪਰਮੇਸ਼ਰ 'ਤੇ ਬਣੀ ਹੈ, ਪਰ ਮੈਂ ਬੜਾ ਦੁਖੀ ਹਾਂ, ਜਲੰਧਰ ਤੋਂ ਕੰਗਾਲ ਹੋ ਕੇ ਆਇਆ, ਬੜਾ ਮੈਨੂੰ ਕਾਰੋਬਾਰ ਦੇ ਵਿੱਚ ਘਾਟਾ ਪਿਆ, ਕੱਲ੍ਹ ਸ਼ਾਮ ਨੂੰ ਮੈਂ ਅਤੇ ਮੇਰੀ ਪਤਨੀ ਇੱਥੇ ਪਹੁੰਚੇ ਹਾਂ, ਅਸੀਂ ਪਹਿਲਾਂ ਮਸਜਿਦ ਦੇ ਵਿੱਚ ਗਏ ਪਰ ਸਾਨੂੰ ਨਾ ਤਾਂ ਕੁਝ ਖਾਣ ਵਾਸਤੇ ਪ੍ਰਸ਼ਾਦਾ ਮਿਲਿਆ ਅਤੇ ਨਾ ਸਾਨੂੰ ਰਾਤ ਸੌਣ ਵਾਸਤੇ ਉੱਥੇ ਜਗ੍ਹਾ ਮਿਲੀ, ਅਸੀਂ ਮੰਗ ਤਾਂ ਕੀਤੀ ਪਰ ਸਾਨੂੰ ਉੱਥੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕੁਝ ਨਾ ਮਿਲਿਆ। ਸੋ ਫਿਰ ਅਸੀਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਆ ਗਏ, ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਲੰਗਰ ਵਰਤ ਰਹੇ ਸਨ। ਸੋ ਬਿਨਾਂ ਹੀ ਮੰਗਿਆਂ ਭਾਈ ਸਾਹਿਬ ਜੀ ਨੇ ਸਾਨੂੰ ਪ੍ਰਸ਼ਾਦਾ ਛਕਾਇਆ ਅਤੇ ਸੌਣ ਵਾਸਤੇ ਮੰਜਾ ਬਿਸਤਰਾ ਵੀ ਦਿੱਤਾ। ਸੋ ਇਸੇ ਤਰ੍ਹਾਂ ਅੱਜ ਸਵੇਰੇ ਬਾਕੀ ਸੰਗਤਾਂ ਦੇ ਵਾਂਗ ਮੈਂ ਵੀ ਕਥਾ ਦੇ ਵਿੱਚ ਬੈਠਾ, ਕਥਾ ਸੁਣ ਰਿਹਾ ਸਾਂ, ਸਤਸੰਗ ਦੇ ਵਿੱਚ ਬੈਠਾ, ਅਤੇ ਮੈਨੂੰ ਇਹ ਪਾਵਨ ਬਾਣੀ ਜੋ ਤੁਸੀਂ ਪੜ੍ਹਦੇ ਜੇ ਸੁਣ ਕੇ ਬੜੀ ਸ਼ਾਂਤੀ ਪ੍ਰਾਪਤ ਹੋਈ ਹੈ, ਮੇਰਾ ਦੁਖੀ ਮਨ ਸ਼ਾਂਤ ਹੋ ਗਿਆ। ਤਾਂ ਆਖਣ ਲੱਗੇ, ਮੇਰੇ 'ਤੇ ਵੀ ਰਹਿਮਤ ਕਰੋ, ਕੋਈ ਮਿਹਰ ਦੀ ਨਿਗਾਹ ਮਾਰੋ ਕਿ ਮੈਂ ਇਸ ਕੰਗਾਲੀ ਦੇ ਵਿੱਚੋਂ ਨਿਕਲ ਜਾਵਾਂ। ਤਾਂ ਮਹਾਂਪੁਰਖਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਉਸ ਨੂੰ ਕਿਸ ਤਰ੍ਹਾਂ ਜੋੜਿਆ ਹੈ, ਇੱਕ ਤੁੱਕ ਉਰਦੂ ਦੇ ਵਿੱਚ ਲਿਖ ਦਿੱਤੀ ਹੈ ਅਤੇ ਆਖਣ ਲੱਗੇ ਕਿ ਆਹ ਪੰਗਤੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ,
ਇਸ ਨੂੰ ਅੱਠੇ ਪਹਿਰ ਹੀ ਪੜ੍ਹਦਾ ਰਿਹਾ ਕਰ, ਤੇਰੇ 'ਤੇ ਅੱਲਾ ਕਿਰਪਾ ਕਰੇਗਾ, ਤੈਨੂੰ ਭਾਗ ਲਾਏਗਾ। ਉਸ ਮੁਸਲਮਾਨ ਨੌਜਵਾਨ ਦਾ ਨਾਮ ਅਬਦੁਲ ਕਰੀਮ ਹੈ। ਤਾਂ ਉਸਨੇ ਉੱਥੇ ਹੀ ਗੁਰਦੁਆਰੇ ਦੇ ਵਿੱਚ ਸੇਵਾ ਕਰਨੀ, ਨਾਲ ਦੇ ਨਾਲ ਇਹ ਪੰਗਤੀ ਗੁਰਬਾਣੀ ਦੀ ਪੜ੍ਹਦੇ ਰਹਿਣਾ ਅਤੇ ਪ੍ਰਸ਼ਾਦਾ ਲੰਗਰ ਦੇ ਵਿੱਚੋਂ ਛਕਣਾ। ਹੁਣ ਇਸ ਪਾਵਨ ਬਾਣੀ ਦੀ ਪੰਗਤੀ ਨੂੰ ਉਸਨੇ ਛੱਡਿਆ ਨਹੀਂ, ਪੜ੍ਹੀ ਜਾਂਦਾ ਪੜ੍ਹੀ ਜਾਂਦਾ। 3 ਦਿਨ ਬੀਤੇ, ਚੌਥਾ ਦਿਨ ਚੜ੍ਹਿਆ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦੀ ਅਰਦਾਸ ਤੋਂ ਮਗਰੋਂ ਇੱਕ ਫੌਜੀ ਸੂਬੇਦਾਰ ਹੈ ਜੋ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਨਿਕਲ ਰਿਹਾ ਸੀ। ਉਸ ਦੀ ਨਿਗਾਹ ਇਸ ਮੁਸਲਮਾਨ ਨੌਜਵਾਨ 'ਤੇ ਪਈ ਤਾਂ ਆਖਣ ਲੱਗੇ ਕਿ ਤੂੰ ਕੌਣ ਹੈ? ਮੈਂ ਤੈਨੂੰ ਵੇਖਿਆ, ਰੋਜ਼ ਹੀ ਤੂੰ ਦਰਵਾਜ਼ੇ 'ਤੇ ਬੈਠਾ ਹੁੰਦਾ ਅਤੇ ਅੱਗੇ ਨਹੀਂ ਤੈਨੂੰ ਕਦੇ ਵੇਖਿਆ। ਅਬਦੁਲ ਕਰੀਮ ਨੇ ਆਖਿਆ ਕਿ ਮੈਂ ਜਲੰਧਰੋਂ ਆਇਆ, ਇੱਥੋਂ ਦਾ ਨਹੀਂ। ਮੈਨੂੰ ਕਾਰੋਬਾਰ ਦੇ ਵਿੱਚ ਐਸਾ ਕੋਈ ਘਾਟਾ ਪਿਆ ਹੈ ਕਿ ਕੰਗਾਲ ਹੋ ਕੇ ਮੈਂ ਇੱਥੇ ਆ ਗਿਆ। ਇੱਥੇ ਆ ਕੇ ਨਾ ਤਾਂ ਮੈਨੂੰ ਕੋਈ ਆਸਰਾ ਹੀ ਲੱਭਾ, ਨਾ ਮੈਨੂੰ ਕੋਈ ਕੰਮ ਹੀ ਲੱਭ ਰਿਹਾ ਹੈ। ਇਸ ਕਰਕੇ ਇੱਥੇ ਗੁਰੂ ਘਰ ਦੇ ਵਿੱਚ, ਗੁਰਦੁਆਰੇ ਦੇ ਵਿੱਚ ਹੀ ਮੈਂ ਰਹਿੰਦਾ ਹਾਂ, ਇੱਥੋਂ ਹੀ ਪ੍ਰਸ਼ਾਦਾ ਛਕ ਲੈਂਦਾ ਹਾਂ ਅਤੇ ਇੱਥੇ ਹੀ ਮੇਰਾ ਗੁਜ਼ਾਰਾ ਹੋ ਰਿਹਾ। ਅੱਲਾ ਦੇ ਪਾਸੋਂ ਮੈਂ ਇਹ ਮੰਗਦਾ ਕਿ ਮੇਰੀ ਕਿਸਮਤ ਦਾ ਦਰਵਾਜ਼ਾ ਖੋਲ੍ਹ। ਸੂਬੇਦਾਰ ਨੇ ਆਖਿਆ ਕਿ ਮੈਂ ਜ਼ਿਮੀਂਦਾਰ ਹਾਂ, ਆਪਣੀ ਜ਼ਮੀਨ 'ਤੇ ਇੱਕ ਨੌਕਰ ਰੱਖਣਾ। ਜੇ ਤੂੰ ਮੇਰੇ ਕੋਲ ਰਹਿਣਾ ਚਾਹੇ ਤਾਂ ਮੈਂ ਤੈਨੂੰ 60 ਰੁਪਈਏ ਮਹੀਨੇ 'ਤੇ ਨੌਕਰ ਰੱਖਾਂਗਾ। ਸਤਿ ਸੰਗਤ ਜੀਓ, ਇਹ ਸਾਖੀ ਬਹੁਤ ਪੁਰਾਣੀ ਹੈ, ਤਕਰੀਬਨ 1899 ਦੀ ਗੱਲ ਹੈ। ਉਦੋਂ 60 ਰੁਪਈਆਂ ਦੀ ਕੀਮਤ ਅੱਜ ਤੋਂ ਕਈ ਗੁਣਾ ਜ਼ਿਆਦਾ ਸੀ। ਤਾਂ ਉਹ ਆਖਣ ਲੱਗਾ, ਮੈਂ ਤੈਨੂੰ 60 ਰੁਪਈਏ ਮਹੀਨੇ ਦੀ ਤਨਖਾਹ 'ਤੇ ਨੌਕਰ ਰੱਖ ਲੈਂਦਾ। ਉਸੇ ਵੇਲੇ ਹੀ ਉਸ ਨੌਜਵਾਨ ਨੇ ਹਾਂ ਦੇ ਵਿੱਚ ਉੱਤਰ ਦਿੱਤਾ ਅਤੇ ਨਾਲ ਹੀ ਆਖਿਆ, ਮੈਨੂੰ ਇਸ ਮਹੀਨੇ ਦੀ ਤਨਖਾਹ ਪਹਿਲਾਂ ਦਿੱਤੀ ਜਾਵੇ, ਕਿਉਂਕਿ ਮੇਰੇ ਕੋਲ ਖਾਣ ਪੀਣ ਵਾਸਤੇ ਕੁਝ ਨਹੀਂ, ਰਹਿਣ ਵਾਸਤੇ ਕੁਝ ਨਹੀਂ। ਅਤੇ ਸੂਬੇਦਾਰ ਨੇ ਆਖਿਆ ਕਿ ਜਦੋਂ ਤੂੰ ਮੇਰੇ ਨਾਲ ਗੱਲ ਕਰਦਾ ਤਾਂ ਤੇਰੀ ਜ਼ਬਾਨ ਥੋੜ੍ਹੀ ਥੋੜ੍ਹੀ ਹਿਲਦੀ ਕਿਉਂ ਰਹਿੰਦੀ ਆ? ਤਾਂ ਉਸਨੇ ਆਖਿਆ, ਮੈਂ ਉਸ ਅੱਲਾ ਦੀ ਕਲਾਮ ਪੜ੍ਹਦਾ ਜੀ। ਤਾਂ ਉਸਨੇ ਆਖਿਆ, ਮੈਨੂੰ ਇਹ ਕਲਾਮ ਸੁਣਾ, ਤੂੰ ਪੜ੍ਹਦਾ ਕੀ ਹੈ? ਤਾਂ ਮੁਸਲਮਾਨ ਨੌਜਵਾਨ ਨੇ ਆਖਿਆ ਕਿ ਮੈਂ ਪੜ੍ਹਦਾ ਹਾਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਜਦੋਂ ਅਬਦੁਲ ਕਰੀਮ ਨੇ ਇਹ ਪੰਗਤੀ ਸੁਣਾਈ ਹੈ ਤਾਂ ਉਹ ਸਰਦਾਰ ਜੋ ਫੌਜੀ ਸੂਬੇਦਾਰ ਸੀ ਹੈਰਾਨ ਹੋ ਗਿਆ ਕਿ ਇਹ ਮੁਸਲਮਾਨ ਹੋ ਕੇ ਜੋ ਗੁਰਮੁਖੀ ਨਹੀਂ ਜਾਣਦਾ ਇਹ ਪੰਗਤੀ ਕਿਸ ਤਰ੍ਹਾਂ ਸਿੱਖ ਗਿਆ। ਆਖਣ ਲੱਗੇ ਕਿ ਤੈਨੂੰ ਇਹ ਕਲਾਮ ਦਿੱਤੀ ਕਿੰਨੇ ਹੈ? ਤਾਂ ਅਬਦੁਲ ਕਰੀਮ ਨੇ ਆਖਿਆ, ਅੱਲਾ ਵਾਲਿਆਂ ਨੇ ਬਖਸ਼ੀ ਹੈ,
ਜੋ ਅੱਜ ਕੱਲ੍ਹ ਗੁਰਦੁਆਰੇ ਕਥਾ ਕਰ ਰਹੇ ਨੇ। ਅਜੇ 3 ਹੀ ਦਿਨ ਹੋਏ ਨੇ, ਮੈਂ ਇਸ ਕਲਾਮ ਨੂੰ ਪੜ੍ਹਦਾ ਹਾਂ। 8 ਪੈਰ ਮੈਨੂੰ ਹੁਕਮ ਹੋਇਆ ਸੀ ਪੜ੍ਹਨ ਦਾ, ਮੈਂ ਪੜ੍ਹੀ ਜਾ ਰਿਹਾ। ਹੁਣ ਮੈਨੂੰ ਭਰੋਸਾ ਬਣ ਗਿਆ, ਮੇਰੀ ਕਿਸਮਤ ਦਾ ਦਰਵਾਜ਼ਾ ਖੁੱਲ੍ਹ ਚੱਲਿਆ, ਕਿਉਂਕਿ ਮੈਂ ਵੀ ਕਾਰੋਬਾਰ ਹੀ ਮੰਗਦਾ ਸਾਂ ਅਤੇ ਤੁਸੀਂ ਮੈਨੂੰ ਨੌਕਰੀ 'ਤੇ ਰੱਖ ਲਿਆ ਹੈ। ਤਾਂ ਸੂਬੇਦਾਰ ਬੜਾ ਖੁਸ਼ ਹੋਇਆ। ਉਸਨੇ 60 ਰੁਪਈਏ ਪਹਿਲਾਂ ਉਸ ਨੂੰ ਪੇਸ਼ਗੀ ਨਗਦ ਦਿੱਤੇ ਅਤੇ ਨਾਲ ਹੀ ਇੱਕ ਰਹਿਣ ਵਾਸਤੇ ਕੋਠਾ ਵੀ ਪਵਾ ਦਿੱਤਾ। ਅਬਦੁਲ ਕਰੀਮ ਬੜਾ ਖੁਸ਼ ਹੈ ਕਿ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਰਹਿਣ ਵਾਸਤੇ ਵੀ ਜਗ੍ਹਾ ਮਿਲ ਗਈ ਹੈ ਅਤੇ ਨਾਲ ਦੇ ਨਾਲ ਖਰਚਾ ਵੀ ਚੱਲਣ ਲੱਗ ਪਿਆ ਹੈ। ਹੁਣ ਅਬਦੁਲ ਕਰੀਮ ਨੇ ਬੜੀ ਸਿਆਣਪ ਦੇ ਨਾਲ ਕਾਮਿਆਂ ਦੇ ਨਾਲ ਕੰਮ ਕਰਵਾਉਣਾ, ਹੋਰ ਕਾਮਿਆਂ ਤੋਂ ਖੇਤੀ ਕਰਵਾਉਣੀ ਅਤੇ ਹਰ ਵੇਲੇ ਤੁਰਦਿਆਂ ਫਿਰਦਿਆਂ ਉਸ ਸੂਬੇਦਾਰ ਦੇ ਖੇਤਾਂ ਦੇ ਵਿੱਚ ਵੀ ਇਹ ਤੁੱਕ ਪੜ੍ਹੀ ਜਾਣੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ। ਹੁਣ ਸਾਧ ਸੰਗਤ ਜਿਸ ਖੇਤ ਦੇ ਵਿੱਚ ਫਸਲ ਬੀਜਦਿਆਂ ਵੀ ਇਹ ਪੰਗਤੀ ਪੜ੍ਹੀ ਜਾ ਰਹੀ ਹੈ, ਗੁਰਬਾਣੀ ਦਾ ਜਾਪ ਹੋ ਰਿਹਾ, ਉਸ ਫਸਲ ਦੇ ਵਿੱਚ ਬਰਕਤਾਂ ਕਿਉਂ ਨਾ ਹੋਣ, ਉੱਥੇ ਤਾਂ ਪਰਮੇਸ਼ਰ ਦੀ ਕਿਰਪਾ ਹੋਈ ਹੈ, ਐਸੀ ਰਹਿਮਤ ਹੋਈ ਕਿ ਜਿੰਨੀ ਫਸਲ ਉਸ ਸੂਬੇਦਾਰ ਦੀ ਹਰ ਸਾਲ ਨਿਕਲਦੀ ਸੀ ਉਸ ਅੰਦਾਜ਼ੇ ਤੋਂ ਕਿਤੇ ਵੱਧ ਉਸ ਦੀ ਫਸਲ ਨਿਕਲੀ ਹੈ। ਤਾਂ ਹੁਣ ਉਸਨੇ ਅਬਦੁਲ ਕਰੀਮ ਦੀ ਤਨਖਾਹ 70 ਰੁਪਈਏ ਕਰਤੀ ਹੈ। ਅਬਦੁਲ ਕਰੀਮ ਫਿਰ ਉਸ ਸਰਦਾਰ ਦੇ ਕੋਲ ਗਿਆ, ਉਸ ਦੇ ਕੋਲੋਂ 1000 ਰੁਪਈਆ ਜਦੋਂ ਭਰੋਸਾ ਅਬਦੁਲ ਕਰੀਮ ਦਾ ਬਣ ਗਿਆ ਹੈ ਸਰਦਾਰ 'ਤੇ, ਤਾਂ ਇਸਨੇ ਮੰਗਿਆ। ਉਸ ਸਰਦਾਰ ਨੇ 1000 ਰੁਪਈਆ ਅਬਦੁਲ ਕਰੀਮ ਨੂੰ ਦਿੱਤਾ ਅਤੇ ਇਸ ਨੇ ਆਪਣੀ ਖੇਤੀ ਸ਼ੁਰੂ ਕੀਤੀ ਹੈ। ਹੁਣ ਦਿਨ ਰਾਤ ਖੇਤਾਂ ਦੇ ਵਿੱਚ ਕੰਮ ਕਰਦਾ, ਪਰ ਇਹ ਨਹੀਂ ਕਿ ਕੰਮ ਹੀ ਕਰੀ ਜਾਂਦਾ ਪਰਮੇਸ਼ੁਰ ਨੂੰ ਭੁੱਲ ਗਿਆ, ਉਸ ਗੱਲ ਨੂੰ ਨਹੀਂ ਇਸਨੇ ਛੱਡਿਆ। ਲਗਾਤਾਰ ਇਸ ਪੰਗਤੀ ਦਾ ਜਾਪ ਕਰੀ ਹੀ ਜਾਂਦਾ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ। ਇਸ ਕਲਾਮ ਨੂੰ ਪੜ੍ਹਨ ਦੀ ਬਦੌਲਤ ਉਹ 6 ਮਹੀਨਿਆਂ ਪਿੱਛੋਂ ਸਰਦਾਰ ਨੂੰ 1000 ਰੁਪਈਆ ਵਾਪਸ ਕਰਕੇ ਜਦੋਂ ਮੁੜਿਆ ਤਾਂ ਇਸ ਦੇ ਕੋਲ 2000 ਰੁਪਈਏ ਹੋਰ ਬਚ ਗਏ ਨੇ। ਤਾਂ ਇਸ ਮਿਹਨਤ ਦਾ ਸਦਕਾ, ਇਸ ਪੰਕਤੀ ਦਾ ਜਾਪ ਕਰਨ ਦਾ ਸਦਕਾ, ਹੁਣ ਉਸਨੇ ਆਪਣੀ ਖੇਤੀ ਕਰਦਿਆਂ ਕਰਦਿਆਂ 10-12 ਹਜ਼ਾਰ ਰੁਪਏ ਜੋੜ ਲਏ ਨੇ। ਸੋ ਇਸ ਤਰ੍ਹਾਂ 1808-09 ਦੇ ਵਿੱਚ ਇਹ ਕੰਗਾਲ ਸੰਤਾਂ ਨੂੰ ਮਿਲਿਆ ਸੀ ਤਾਂ ਉਹਨਾਂ ਨੇ ਕਲਾਮ ਬਖਸ਼ੀ ਸੀ। ਜਦੋਂ ਹੁਣ ਕੁਝ ਸਮੇਂ ਬਾਅਦ ਇਹ ਫਿਰ ਉਹਨਾਂ ਸੰਤਾਂ ਨੂੰ ਮਿਲਿਆ ਤਾਂ ਆਖਦਾ ਹੈ, ਮਹਾਰਾਜ ਆਪ ਜੀ ਨੇ ਜੋ ਮੈਨੂੰ ਕਲਾਮ ਬਖਸ਼ੀ ਸੀ, ਇਸ ਕਲਾਮ ਦੇ ਵਿੱਚ ਬੜੀ ਤਾਕਤ ਹੈ।
ਇਹਦੇ ਨਾਲ ਇੰਨੀਆਂ ਬਰਕਤਾਂ ਆਈਆਂ ਕਿ ਅੱਜ ਮੈਂ ਨੰਬਰਦਾਰ ਹਾਂ, 4 ਮਰੱਬੇ ਜ਼ਮੀਨ ਦਾ ਮਾਲਕ ਹੋ ਗਿਆ, 4 ਨਿਆਣੇ ਮੇਰੇ ਘਰ ਦੇ ਵਿੱਚ ਖੇਡਦੇ ਆ। ਹੇ ਰੱਬ ਵਾਲਿਓ, ਪਰਮੇਸ਼ਰ ਦੇ ਪਿਆਰਿਓ, ਹੁਣ ਮੈਨੂੰ ਭਰੋਸਾ ਬਣ ਗਿਆ ਕਿ ਗੁਰੂ ਹੀ ਪਾਰ ਲੰਘਾਉਣ ਵਾਲਾ ਹੈ, ਉਸ ਤੋਂ ਵੱਡਾ ਕੋਈ ਨਹੀਂ। ਹੁਣ ਮੈਨੂੰ ਐਸੀ ਕਲਾਮ ਬਖਸ਼ੋ ਜਿਹਦੇ ਨਾਲ ਮੇਰਾ ਪਰਲੋਕ ਵੀ ਸੁਖੀ ਹੋ ਜਾਵੇ। ਤਾਂ ਸੰਤਾਂ ਨੇ ਕਿਹਾ, ਸਵੇਰੇ ਉਹੀ ਕਲਾਮ ਪੜ੍ਹਿਆ ਕਰ ਅਤੇ ਰਾਤ ਨੂੰ ਕੰਮ ਧੰਦਿਆਂ ਤੋਂ ਵਿਹਲਾ ਹੋ ਕੇ ਇਸ ਤੋਂ ਅਗਲੀ ਪੰਗਤੀ ਪੜ੍ਹਿਆ ਕਰ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਸ ਤਰ੍ਹਾਂ ਉਹਨਾਂ ਸੰਤਾਂ ਨੇ ਉਸ ਨੰਬਰਦਾਰ ਨੂੰ, ਜੋ ਗਰੀਬ ਮੁਸਲਮਾਨ ਆਇਆ ਸੀ ਹੁਣ ਨੰਬਰਦਾਰ ਬਣ ਚੁੱਕਾ ਹੈ, ਉਰਦੂ ਦੇ ਵਿੱਚ ਛਪਿਆ ਹੋਇਆ ਸੁਖਮਨੀ ਸਾਹਿਬ ਦਾ ਗੁਟਕਾ ਵੀ ਬਖਸ਼ਿਆ। ਉਸ ਨੂੰ ਉਹ ਦਿਨ ਰਾਤ ਪੜ੍ਹਦਾ ਰਹਿੰਦਾ। ਇਸ ਬਾਣੀ ਦੇ ਪੜ੍ਹਨ ਦੇ ਨਾਲ ਉਸਦਾ ਲੋਕ ਵੀ ਸਵਾਰਿਆ ਗਿਆ, ਪਰਲੋਕ ਵੀ ਸਵਾਰਿਆ ਗਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ ਕਿ ਜਿਹੜਾ ਪਾਵਨ ਬਾਣੀ ਦੇ ਨਾਲ ਜੁੜ ਜਾਂਦਾ ਹੈ, ਇਹ ਪਾਵਨ ਬਾਣੀ ਦਾ ਪ੍ਰਤਾਪ ਹੈ ਕਿ ਉਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ। ਮਹਾਂਪੁਰਖ ਪੜ੍ਹਿਆ ਕਰਦੇ ਨੇ, ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਸੁਖਮਨੀ ਪੜ੍ਹੀਐ ਦਿਨ ਰਾਤੀ, ਸੁਖਮਨੀ ਸੁੱਖਾਂ ਦੀ ਦਾਤੀ। ਸੁਖਮਨੀ ਜੇ ਕੋਈ ਪੜ੍ਹੈ ਸੁਣਾਵੈ, ਮਨ ਬਾਂਛਤ ਫਲ ਕੋ ਸੋ ਪਾਵੈ। ਸੁਖਮਨੀ ਕਾ ਪਾਠਕ ਜੋਏ ਮੁੱਖ ਤੇ, ਜੋ ਬੋਲੈ ਸੋ ਹੋਏ। ਅਨਦਿਨ ਸੁਖਮਨੀ ਜੋ ਰਰੇ, ਭਵ ਸਾਗਰ ਤੇ ਸੋ ਨਰ ਤਰੇ। ਸੋ ਸਾਧ ਸੰਗਤ ਜੀਓ, ਇਹ ਸਤਿਗੁਰਾਂ ਦੀ ਪਾਵਨ ਗੁਰਬਾਣੀ ਪੜ੍ਹਨ ਦਾ ਮਹਾਤਮ ਹੈ। ਜੋ ਵੀ ਰੱਬ ਦਾ ਪਿਆਰਾ ਪਾਵਨ ਬਾਣੀ ਪੜ੍ਹਦਾ ਹੈ, ਉਸ ਦੇ ਭਾਗ ਜਾਗ ਜਾਂਦੇ ਨੇ, ਉਹਨੂੰ ਕਿਸੇ ਗੱਲ ਦੀ ਥੋੜ੍ਹ ਨਹੀਂ ਗੁਰੂ ਰਹਿਣ ਦਿੰਦਾ। ਸੋ ਜੇ ਵੀਡੀਓ ਚੰਗੀ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਿਓ। ਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ, ਕਿਰਤ ਕਮਾਈਆਂ ਵਿੱਚ ਵਾਧੇ ਕਰਨ, ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।